दर्शकों जीएम है हज गंद बासी स्टूडियो सी विच गुरप्रीत सिद्धू ने अज जर्मवीन दी 12 तरीक इस वेले टोरंटो शहर दा समा 11:42 ते 49 सैकंड हो चुके ने। बाहर मौसम 2 डिग्री है। असी एक फ्रीडम ऑफ स्पीच स्टोरी दे विच स्टोरी नूं कवर कर रहे हैं। डिस्ट्रिक्ट हुशियारपुर दी स्टोरी है। पहली जर्मवीन नूं जिथे असीं जश्न मनाउंदे आ, नवें साल नूं वेलकम करदे आ, तुसीं हैरान होवोगे कि किवें किस तरह डिस्ट्रिक्ट हुशियारपुर दे विच पिंड जाजा और जाजा पिंड दे विच एक आशक दे नाल के एक मनदीप कौर नां दी लड़की ने अपने सस सहुरे दा किवें किस तरह कतल कीता ते कुछ घंटे विच पंजाब पुलिस दे ऑफिसर साहिबाना ने इन्हां लोकां नूं इन्नी जल्दी अरेस्ट कीता और एक मिसाल कायम कीती कि पंजाब पुलिस किन्नी एक्टिव है, अग्रेसिव है ते लोकां नूं इंसाफ दिवांदी आ। मैं सलूट करदा पुलिस नूं अते स्पैशली कोविड दे विच वी देखिया जावे कि पंजाब पुलिस अफसरां ने समां सी, तुहानूं याद होणा कि जदों मां पिओ दा वी संस्कार लोक शमशान घाट विच डरदे सी करन तों तां पंजाब पुलिस दे नौजवान जिहड़े सीगे ओह शमशान घाट जाके आखिरी रस्मां निभाउंदे सी। मैं सलूट कर रहा पंजाब पुलिस दे नौजवानां नूं, खास करके डिप्टी सुपरिंटेंडेंट पुलिस इस वेले साडी लाइन ते ने, जो कि वक्ख वक्ख जिले विच अते वक्ख वक्ख डिवीजन विच रह चुके ने। सरबजीत राय साहब, डिप्टी साहब वेलकम टू शो। डिप्टी साहब जी हां, बस शो दे विच स्वागत है आप जी दा। सब लाइन जी, डिप्टी साहब पहली जनवरी नूं ਤੁਸੀਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਬਾਂਗਡੋਰ ਸੰਭਾਲੀ ਹੈ, ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਵਾਸਤੇ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਹੈ ਦੇਖਿਆ ਜਾਵੇ ਕਿ ਬਹੁਤ ਹੀ ਵਧੀਆ ਰੋਲ ਨਿਭਾਇਆ ਅਤੇ ਬਹੁਤ ਜਲਦੀ ਵਿੱਚ ਕੁਝ ਘੰਟਿਆਂ ਵਿੱਚ ਦੋ ਮਰਡਰ ਜਿਹੜੇ ਸੀਗੇ ਔਰ ਪਰਿਵਾਰ ਨੂੰ ਇਨਸਾਫ਼ ਇੰਨੀ ਫਾਸਟ ਦਿਵਾਉਣਾ, ਅਸੀਂ ਤੁਹਾਨੂੰ ਸਲੂਟ ਕਰਦੇ ਹਾਂ। ਇਹਦੇ ਬਾਰੇ ਜਾਣਨਾ ਚਾਹੁੰਦੇ ਕਿ ਪਹਿਲੀ ਜਨਵਰੀ ਨੂੰ ਕਿੰਨੇ ਵਜੇ ਤੁਹਾਨੂੰ ਕਾਲ ਆਈ ਅਤੇ ਕਾਲ ਕਿਸ ਦੀ ਆਈ ਅਤੇ ਉਸ ਤੋਂ ਬਾਅਦ ਕਿਵੇਂ ਤੁਸੀਂ ਅਰੈਸਟ ਪਾਇਆ? ਬਸ ਪਹਿਲੇ ਰਾਤ ਨੂੰ ਅਸੀਂ ਜਿਹੜਾ ਹਰਜਿੰਦਰ ਇਹਦੀ ਇਹਨੇ ਇਨਫੋਰਮੇਸ਼ਨ ਦਿੱਤੀ ਸੀ। ਇਹ ਬੇਸਿਕਲੀ ਬਾਹਰ ਸੀਗਾ ਪੁਰਤਗਾਲ ਚ ਜੀ, ਤੇ ਇਹਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀਗਾ ਲੜਕੀ ਦੇ ਨਾਲ, ਮਨਦੀਪ ਕੌਰ ਦੇ ਨਾਲ ਜੀ। ਤੇ ਇਹ ਬਾਹਰ ਗਿਆ ਹੋਇਆ ਸੀਗਾ, ਉਸ ਤੋਂ ਬਾਅਦ ਥੋੜਾ ਦਿਨ ਹੀ ਹੋਇਆ ਸੀ ਇਹਨੂੰ ਘਰ ਆਇਆ ਇਹਨੂੰ, ਔਰ ਜਦੋਂ ਇਹ ਘਰ ਆਇਆ ਤੇ ਇਹਦੀ ਜਿਹੜੀ ਘਰਵਾਲੀ ਸੀ ਮਨਦੀਪ ਕੌਰ, ਉਹਦੇ ਪਾਸੋਂ ਕੁਛ ਇਹਨੂੰ ਨਸ਼ੇ ਦੀਆਂ ਗੋਲੀਆਂ ਜਿਹੜੀਆਂ ਉਹ ਪਤਾ ਲੱਗੀਆਂ ਵੀ ਮਿਲੀਆਂ। ਤੇ ਉਸ ਤੋਂ ਬਾਅਦ ਇਸਨੇ ਇਹਦੇ ਪੇਰੈਂਟਸ ਨੂੰ, ਲੜਕੀ ਦੇ ਪੇਰੈਂਟਸ ਨੂੰ ਦੱਸਿਆ, ਆਪਣੇ ਮਾਂ ਪਿਓ ਨੂੰ ਦੱਸਿਆ, ਉਹਦੇ ਨਾਲ ਇਹਨਾਂ ਦੀ ਕੁਛ ਥੋੜੀ ਬਹੁਤੀ ਅਣਬਣ ਹੋ ਗਈ ਫਿਰ ਘਰ ਦੇ ਵਿੱਚ ਨਾ ਜੀ। ਤੇ ਇਹਦੇ ਜਿਹੜੇ ਸੱਸ ਸਹੁਰਾ ਸੀਗਾ ਉਹ ਵੀ ਇੱਥੇ ਇਤਰਾਜ਼ ਕਰਨ ਲੱਗ ਪਿਆ ਵੀ ਤੂੰ ਇਹ ਨਸ਼ੇ ਦੀਆਂ ਗੋਲੀਆਂ ਕਿਉਂ ਰੱਖੀਆਂ ਆਪਣੇ ਕੋਲ ਤਾਂ ਕਿਉਂ ਲੈਣੀ ਹੈਗੀ ਜੀ। ਇਹਦੀ ਵਜ੍ਹਾ ਦੇ ਵਿੱਚ ਹੀ ਇਹਨੇ ਇਹ ਲੜਕੀ ਜਿਹੜੀ ਸੀ ਮਨਦੀਪ ਕੌਰ, ਇਹਦਾ ਕਿਸੇ ਲੜਕੇ ਦੇ ਨਾਲ ਕੋਈ ਸੰਬੰਧ ਸੀਗਾ ਪਹਿਲਾਂ, ਜਸਮੀਤ ਸਿੰਘ ਹੈ ਗ੍ਰੰਥੀ ਆ, ਇਹ ਜਦੋਂ ਅਨਮੈਰਿਡ ਸੀਗੀ ਉਦੋਂ ਦਾ ਇਹਨਾਂ ਦਾ ਕੋਈ ਗੱਲਬਾਤ ਸੀਗੀ ਜੀ, ਜੋ ਸਾਡੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਹੈਗਾ। ਔਰ ਇਹਨੂੰ ਜਦੋਂ ਇਹਦੇ ਸੱਸ ਸਹੁਰੇ ਨੇ ਇਸ ਤੇ ਇਤਰਾਜ਼ ਕੀਤਾ ਤੇ ਇਹਨੇ ਆਪਣਾ ਜਿਹੜਾ ਸੀਗਾ ਬੋਏਫ੍ਰੈਂਡ ਪਹਿਲਾਂ ਸੀਗਾ ਜਸਮੀਤ ਸਿੰਘ ਜਿਹੜਾ ਗ੍ਰੰਥੀ ਸੀਗਾ, ਉਹਨੂੰ ਉਹਦੇ ਨਾਲ ਗੱਲਬਾਤ ਕੀਤੀ ਵੀ ਮੇਰਾ ਜਿਹੜਾ ਸੱਸ ਸਹੁਰਾ ਹੈਗਾ ਮੈਨੂੰ ਤੰਗ ਪਰੇਸ਼ਾਨ ਕਰਦੇ ਇਸ ਚੀਜ਼ ਤੋਂ, ਮੈਨੂੰ ਇਹਦੇ ਬਾਰੇ ਪੁੱਛ ਰਹੇ ਆ ਜਾਂ ਕਹਿ ਰਹੇ ਵੀ ਤੂੰ ਨਸ਼ੇ ਦੀਆਂ ਗੋਲੀਆਂ ਰੱਖੀਆਂ ਜਾਂ ਕਿਉਂ ਆ ਤੇਰੇ ਪਾਸ, ਉਹਦੇ ਨਾਲ ਇਹਨੇ ਗੱਲਬਾਤ ਕਰਕੇ ਉਹਨੂੰ ਬੁਲਾ ਕੇ ਘਰ, ਤੇ ਜਿਹੜਾ ਆਪਣੇ ਸੱਸ ਸੀਗਾ ਪਹਿਲਾਂ ਉਹਨੂੰ ਉਹਦਾ ਗਲਾ ਘੁੱਟ ਕੇ ਉਹਨੂੰ ਮਾਰਿਆ। ਉਸ ਤੋਂ ਬਾਅਦ ਜਿਹੜਾ ਇਹਦਾ ਸਹੁਰਾ ਸੀਗਾ ਉਹ ਬਾਹਰ ਗਿਆ ਹੋਇਆ ਸੀ, ਜਦੋਂ ਸਹੁਰਾ ਘਰ ਆਇਆ ਉਹਨੂੰ ਇਹਨਾਂ ਨੇ ਇੱਕ ਤੇਜ਼ ਹਥਿਆਰ ਸੀਗਾ ਉਹਦਾ ਗਰਦਨ ਦੇ ਵਿੱਚ ਮਾਰ ਕੇ ਉਹਨੂੰ ਮਾਰਿਆ। ਉਸ ਤੋਂ ਬਾਅਦ ਇਹਨੂੰ ਇੱਕ ਬੈੱਡ ਦੇ ਵਿੱਚ ਉਹਨਾਂ ਨੂੰ ਪਾ ਕੇ ਔਰ ਉੱਥੇ ਸ਼ਰਾਬ ਵਗੈਰਾ ਪਾ ਕੇ ਉਹਦੇ ਨਾਲ ਲਾਈਟਰ ਦੇ ਨਾਲ ਉਹਨਾਂ ਨੂੰ ਜਲਾ ਦਿੱਤੀ। ਔਰ ਉਸ ਤੋਂ ਬਾਅਦ ਇਹ ਦਿਖਾਵਾ ਕੀਤਾ ਕਿ ਕੋਈ ਬੰਦੇ ਆਏ ਸੀਗੇ ਸ਼ਾਮ ਨੂੰ 4 ਵਜੇ ਔਰ ਮੈਨੂੰ ਬੰਨ ਗਏ ਔਰ ਇਹਨਾਂ ਨੂੰ ਮਾਰ ਗਏ ਤੇ ਘਰੋਂ ਕੁਛ ਕੀਮਤੀ ਸਮਾਨ ਜਿਹੜਾ ਉਹ ਲੈ ਗਏ। ਔਰ ਐਡੀ ਵੱਡੀ ਗਲਤ ਸਟੇਟਮੈਂਟ ਪੁਲਿਸ ਨੂੰ ਇਸ ਲੜਕੀ ਨੇ ਦਿੱਤੀ ਹੈ ਕਿ ਇਹ ਮਨੋਂ ਘੜਤ ਸਟੋਰੀ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ, ਅਤੇ ਉਸ ਤੋਂ ਬਾਅਦ ਪੁਲਿਸ ਨੂੰ ਫਿਰ ਕਿਵੇਂ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ? ਉਹ ਇਨਫੋਰਮੇਸ਼ਨ ਜਦੋਂ ਇਹਦੇ ਘਰ ਵਾਲੇ ਨੇ ਆ ਕੇ ਦਿੱਤੀ, ਜਦੋਂ ਉਹਨੇ ਆ ਕੇ ਦੇਖਿਆ 10:30 ਆਇਆ ਰਾਤ ਨੂੰ ਘਰ ਬਾਹਰ ਗਿਆ ਸੀਗਾ ਜੀ, ਔਰ ਉਹ ਜਦੋਂ ਅੰਦਰ ਐਂਟਰ ਕੀਤਾ ਤੇ ਜਿਹੜੀ ਕੁਰਸੀ ਦੇ ਨਾਲ ਇਹਨੇ ਆਪਣੇ ਆਪ ਨੂੰ ਕੁਛ ਬੰਨਿਆ ਹੋਇਆ ਸੀਗਾ,
ਤੇ ਉਸਨੇ ਜਦੋਂ ਦੇਖੀ ਸਾਰੀ ਗੱਲਬਾਤ ਉਹਨੂੰ ਵੀ ਕੁਛ ਥੋੜਾ ਜਿਹਾ ਸ਼ੱਕ ਲੱਗਾ ਵੀ ਇਹ ਏਦਾਂ ਹੋ ਨੀ ਸਕਦਾ। ਉਹਨੇ ਇਮੀਡੀਏਟਲੀ ਇਨਫੋਰਮੇਸ਼ਨ ਜਿਹੜੀ ਸ਼ਾਮ ਨੂੰ 10:30 ਰਾਤ ਨੂੰ ਪੁਲਿਸ ਨੂੰ ਦਿੱਤੀ। ਇਮੀਡੀਏਟਲੀ ਅਸੀਂ ਮੌਕੇ ਤੇ ਗਏ, ਸਾਰੀ ਪ੍ਰੋਸੈਸ ਕੀਤਾ, ਸਾਡੀਆਂ ਫੋਰੈਂਸਿਕ ਦੀਆਂ ਟੀਮਾਂ ਜਿਹੜੀਆਂ ਅਸੀਂ ਉਹ ਬੁਲਾਈਆਂ। ਉਹ ਜਦੋਂ ਸਾਰੀ ਗੱਲਬਾਤ ਅਸੀਂ ਘੋਖੀ ਪੜਤਾਲੀ ਤੇ ਸਾਨੂੰ ਪਤਾ ਲੱਗਿਆ ਵੀ ਸ਼ਾਇਦ ਇਹ ਜਿਹੜੀ ਲੜਕੀ ਹੈਗੀ ਆ ਉਹ ਠੀਕ ਨੀ ਬੋਲ ਰਹੀ। ਉਸ ਤੋਂ ਬਾਅਦ ਉੱਥੇ ਮੇਨ ਰੋਡ ਤੇ ਕੁਛ ਸੀਸੀਟੀਵੀ ਕੈਮਰੇ ਸੀ, ਅਸੀਂ ਉਹਨਾਂ ਦੀ ਪੜਤਾਲ ਕੀਤੀ, ਫੋਰੈਂਸਿਕ ਜਿਹੜੀ ਸੀਗੀ ਉਹਨਾਂ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਇਹ ਲੜਕੀ ਨੂੰ ਇੱਥੇ ਸ਼ੱਕ ਹੋਈ ਸਾਨੂੰ, ਲੜਕੀ ਨੂੰ ਅਸੀਂ ਆਪਣੀ ਕਸਟਡੀ ਚ ਲਿਆ। ਉਹ ਤੋਂ ਫਿਰ ਪ੍ਰੋਪਰਲੀ ਅਸੀਂ ਪੁੱਛਗਿੱਛ ਕੀਤੀ ਤੇ ਉਹ ਸਵੇਰ ਤੱਕ ਅਸੀਂ 7-8 ਘੰਟੇ ਦੇ ਵਿੱਚ ਇਸ ਚੀਜ਼ ਨੂੰ ਬ੍ਰੇਕ ਕਰ ਲਿਆ। ਔਰ ਜਿਹੜਾ ਇਹਦਾ ਜਿਹੜਾ ਜਸਮੀਤ ਸੀਗਾ ਮੁੰਡਾ ਲੜਕਾ ਸੀਗਾ, ਜਿਹੜਾ ਬੋਏਫ੍ਰੈਂਡ ਸੀਗਾ ਜਸਮੀਤ, ਉਹਨੂੰ ਵੀ ਅਸੀਂ ਅਰੈਸਟ ਕਰ ਲਿਆ। ਔਰ ਉਹਦੇ ਕੋਲੋਂ ਜਿਹੜਾ ਸੋਨਾ ਵਗੈਰਾ ਸੀਗਾ ਇਹਨੂੰ ਦੇ ਦਿੱਤਾ ਸੀ, ਉਹ ਲੈ ਕੇ ਗਿਆ ਸੀਗਾ, ਉਹਨੂੰ ਅਸੀਂ ਬਰਾਮਦ ਕਰ ਲਿਆ। ਕਿਹੜੀਆਂ ਧਾਰਾਂ ਦੇ ਤਹਿਤ ਤੁਸੀਂ ਇਹਨਾਂ ਨੂੰ ਅਰੈਸਟ ਪਾ ਚੁੱਕੇ ਹੋ? ਕਿਹੜੇ ਕਿਹੜੇ ਚਾਰਜਸ ਨੇ? 302 ਸੀਗਾ, 380 ਸੀਗਾ, 201 ਦੇ ਵਿੱਚ ਇਹਨੇ ਆਪਣੇ ਅੱਗ ਲਾ ਕੇ ਸਬੂਤ ਮਿਟਾਏ ਹੈਗੇ ਆ। 380 ਜਿਹੜਾ ਸੀ ਇਹਨੇ ਆਪਣੇ ਜਿਹੜਾ ਘਰ ਦਾ ਸੋਨਾ ਸੀਗਾ ਉਹ ਸਾਰਾ ਹੀ ਉਹਨੂੰ ਦੇ ਦਿੱਤਾ ਲੜਕੇ ਨੂੰ, ਉਹ ਬਰਾਮਦ ਕਰ ਲਿਆ ਸੀ। ਇੱਕ ਇੰਟਰਸਟਿੰਗ ਗੱਲ ਬੱਸ ਸਾਹਿਬ ਇਹਦੇ ਵਿੱਚ ਹੋਰ ਆਈ ਆ, ਇਹ ਲੜਕੀ ਜਿਹੜੀ ਸੀਗੀ ਇਹਨੇ ਆਪਣੇ ਪੇਰੈਂਟਸ ਦੇ ਘਰੋਂ ਜਿਹੜਾ ਸੋਨਾ ਸੀਗਾ ਉਹ ਚੋਰੀ ਹੋ ਗਿਆ ਸੀਗਾ। ਔਰ ਇਹਦੇ ਫਾਦਰ ਨੇ ਉਹ FIR ਰਜਿਸਟਰ ਕਰਾਈ ਸੀਗੀ, ਉਹ ਸ਼ੱਕ ਕਰਦਾ ਸੀ ਆਪਣੇ ਕਿਸੇ ਜਿਹੜਾ ਘਰ ਕੰਮ ਕਰਦਾ ਹੈਗਾ ਉੱਥੇ ਸ਼ੱਕ ਕਰਦੇ ਸੀਗੇ ਵੀ ਸਾਡਾ 25-26 ਤੋਲੇ ਸੋਨਾ ਜਿਹੜਾ ਆ ਉਹ ਚੋਰੀ ਹੋ ਗਿਆ, ਔਰ ਆਪਣੇ ਨੌਕਰ ਤੇ ਸ਼ੱਕ ਕਰਦੇ ਸੀਗੇ। ਇਹ ਕਿੰਨਾ ਸਮਾਂ ਪਹਿਲਾਂ ਇਹਨੇ ਰਿਪੋਰਟ ਲਿਖਾਈ ਸੀ ਇਹਦੀ ਮਾਂ ਬਾਪ ਨੇ ਲੜਕੀ? ਇਹ 10th-11th ਮਹੀਨੇ ਦੀ ਗੱਲ ਹੈ, 11th ਮਹੀਨੇ ਦੀ ਗੱਲ ਹੈ ਸ਼ਾਇਦ, 11th ਮਹੀਨੇ 21 ਦੀ। ਔਰ ਜਦੋਂ ਅਸੀਂ ਇਹ ਸਾਰੀ ਤਹਿ ਤੱਕ ਪਹੁੰਚੇ ਔਰ ਇਨਵੈਸਟੀਗੇਸ਼ਨ ਕੀਤੀ ਹੈ ਤਾਂ ਉਹ ਵੀ ਜਿਹੜਾ ਆ ਸਮਾਨ ਸਾਨੂੰ ਇਹਦੇ ਕੋਲ ਬਰਾਮਦ ਹੋ ਗਿਆ, ਉਹ ਵੀ ਇਹੋ ਹੀ ਜਿਹੜਾ ਇਹਦਾ ਬੋਏਫ੍ਰੈਂਡ ਸੀ ਉਹਨੇ ਦੇ ਦਿੱਤਾ ਸੀ ਚੋਰੀ ਕਰ। ਕਿੰਨਾ ਸੋਨਾ ਹੋ ਗਿਆ ਲਗਭਗ ਕੋਈ ਵੈਲਿਊ? ਉਹਦੇ ਵਿੱਚ 25 ਤੋਲੇ ਇਹ ਸੀਗਾ, 26 ਤੋਲੇ ਉਹ ਸੀਗਾ, ਤਕਰੀਬਨ 50-52 ਤੋਲੇ ਸੋਨਾ ਸੀਗਾ। ਕਹਿ ਸਕਦੇ ਕਿ ਆਲਮੋਸਟ ਕੋਈ 1 crore ਤੋਂ ਉੱਪਰ ਦਾ ਸੋਨਾ ਹੋ ਗਿਆ ਸਭ ਨਾਲ? ਮੇਬੀ ਬਿਗ ਅਮਾਊਂਟ। ਸੋ ਡਿਪਟੀ ਸਾਹਿਬ ਇੰਨੀ ਕੁਛ ਹੀ ਘੰਟੇ ਵਿੱਚ ਜੀ ਜੀ 8 ਘੰਟੇ ਦੇ ਵਿੱਚ ਪੁਲਿਸ ਨੇ ਇਹਨੂੰ, ਇਹ ਬਹੁਤ ਵੱਡੀ ਪੰਜਾਬ ਪੁਲਿਸ ਦੀ ਪ੍ਰਾਪਤੀ ਦੇ ਨਾਲ ਨਾਲ ਪੀੜਤ ਜਿਹੜਾ ਪਰਿਵਾਰ ਹੈ ਉਹਨੂੰ ਇਨਸਾਫ਼ ਦਵਾਇਆ। ਅਤੇ ਇਸ ਵੇਲੇ ਦੁਨੀਆਂ ਵਿੱਚ ਅਸੀਂ ਇਸ ਨੂੰ ਟੈਲੀਕਾਸਟ ਕਰ ਰਹੇ, ਬ੍ਰੌਡਕਾਸਟ ਕਰ ਰਹੇ ਹਾਂ, ਅਸੀਂ ਕਹਿ ਸਕਦੇ ਕਿ ਪੰਜਾਬ ਦੀ ਪੁਲਿਸ ਜਿਹੜੀ ਆ ਲੋਕਾਂ ਨੂੰ ਇਨਸਾਫ਼ ਦਵਾਉਣ ਵਿੱਚ ਤਤਪਰ ਆ। ਪਰ ਕਈ ਵਾਰੀ ਲੋਕ ਪ੍ਰੈਸ ਤੇ ਪੁਲਿਸ ਨੂੰ ਸਹੀ ਜਾਣਕਾਰੀ ਜਦੋਂ ਨਹੀਂ ਪ੍ਰੋਵਾਈਡ ਕਰਦੇ ਤਾਂ ਉਸ ਵੇਲੇ ਫਿਰ ਪੁਲਿਸ ਜਿਹੜੀ ਆ ਉਹ ਲੇਟ ਹੁੰਦੀ ਆ ਇਨਸਾਫ਼ ਦਵਾਉਣ ਦੇ ਵਿੱਚ। ਸੋ ਅੱਜ ਇਹ ਫਿਰ ਸਾਬਤ ਕੀਤਾ ਆ ਕਿ ਪੰਜਾਬ ਪੁਲਿਸ ਦੇ ਅਫਸਰ ਸਾਹਿਬਾਨ ਹਮੇਸ਼ਾ ਹੀ ਤੁਹਾਨੂੰ ਇਨਸਾਫ਼ ਦਵਾਉਂਦੇ ਨੇ, ਪਰ ਸਾਡੇ ਕਈ ਵਾਰ ਲੋਕ ਜਿਹੜੇ ਆ ਉਹ ਇਨਸਾਫ਼ ਦਵਾਉਣ ਵਿੱਚ ਕਿਉਂ ਢਿੱਲ ਹੁੰਦੀ ਆ? ਕਿਉਂਕਿ ਤੁਸੀਂ ਪੂਰੀ ਇਨਫੋਰਮੇਸ਼ਨ ਜਾਂ ਪ੍ਰੋਪਰ ਇਨਫੋਰਮੇਸ਼ਨ ਪੁਲਿਸ ਨੂੰ ਨਹੀਂ ਪ੍ਰੋਵਾਈਡ ਕਰਦੇ। ਡਾਕਟਰ ਸਾਹਿਬ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਆਪਣੀ ਕਾਰਗੁਜ਼ਾਰੀ ਜੋ ਇਹਨਾਂ ਲੋਕਾਂ ਵਿੱਚ ਤੁਹਾਡਾ ਨਾਮ ਹੈ ਔਰ NRA ਲੋਕਾਂ ਨੂੰ ਤੁਸੀਂ ਬੜੀ ਮਦਦ ਕਰਦੇ ਹੋ ਐਜ਼ ਏ ਪੁਲਿਸ ਅਫਸਰ ਤੌਰ ਤੇ, ਔਰ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਸਪੋਰਟਸ ਪੱਖ ਦੇ ਵਿੱਚ ਜੇ ਅਸੀਂ ਗੱਲ ਕਰੀਏ ਬਹੁਤ ਸਾਰੇ ਟੂਰਨਾਮੈਂਟ ਲੋਕ ਇੱਥੋਂ ਜਾ ਕੇ ਲੋਕ ਕਰਾਉਂਦੇ ਨੇ ਆਪਣੇ ਇਨਸਾਫ਼ ਲਈ, ਵੱਖ ਵੱਖ ਜ਼ਿਲ੍ਹਿਆਂ ਵਿੱਚ ਲੋਕ ਕਾਲ ਕਰਦੇ ਨੇ, ਔਰ ਤੁਹਾਡਾ ਅਸੀਂ ਧੰਨਵਾਦ ਕਰਦੇ ਆਪਣੇ ਚੈਨਲ ਵੱਲੋਂ। ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਸ ਕਰਦੇ ਹਾਂ ਕਿ ਪਰਿਵਾਰ ਨੂੰ ਅਖੀਰ ਤੱਕ ਇਸ ਮਾਮਲੇ ਵਿੱਚ ਪੁਲਿਸ ਜਿਹੜੀ ਹੈ ਮਦਦ ਕਰੇ ਕਾਨੂੰਨ ਦੇ ਮੁਤਾਬਕ ਅਤੇ ਪਰਿਵਾਰ ਤੁਹਾਡਾ ਪੂਰਾ ਸਾਥ ਦੇਵੇਗਾ। ਡਾਕਟਰ ਸਾਹਿਬ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਬਸਿਓ, ਥੈਂਕ ਯੂ ਵੈਰੀ ਮਚ।